ਹੁਣੀ ਹੁਣੀ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸੁਪਰ ਫਾਸਟ ਟ੍ਰੇਨ ਦੀ ਟੱਕਰ ਹੋਈ ਹੈ ਜਿਸ ਦੇ ਕਾਰਨ ਟ੍ਰੇਨ ਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰੇ ਨੇ ਤੇ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸਦੇ ਜੋ ਡੱਬੇ ਨੇ ਉਹ ਪਟਰੀ ਤੋਂ ਹੇਠਾਂ ਉਤਰੇ ਹੋਏ ਨੇ। ਤਾਂ ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਹਾ ਜਾ ਰਿਹਾ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ। ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ। ਤਾਂ ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰਾਜਸਥਾਨ ਦੇ ਮਦਾਰ ਰੇਲਵੇ ਸਟੇਸ਼ਨ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਸੁਪਰਫਾਸਟ ਟ੍ਰੇਨ ਅਤੇ ਮਾਲ ਗੱਡੀ ਇੱਕੋ ਹੀ ਟਰੈਕ ਦੇ ਉੱਤੇ ਆ ਜਾਂਦੀਆਂ ਨੇ, ਪਰ ਜਦੋਂ ਸੁਪਰ ਫਾਸਟ ਟ੍ਰੇਨ ਦਾ ਡਰਾਈਵਰ ਦੇਖਦਾ ਤਾਂ ਉਸਦੇ ਵੱਲੋਂ ਤੁਰੰਤ ਐਮਰਜੈਂਸੀ ਬ੍ਰੇਕ ਵੀ ਲਗਾਈ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਸਪੀਡ ਜ਼ਿਆਦਾ ਹੋਣ ਦੇ ਕਾਰਨ ਜਦੋਂ ਤੱਕ ਟ੍ਰੇਨ ਰੁਕਦੀ ਉਦੋਂ ਤੱਕ ਦੋਵਾਂ ਦੀ ਟੱਕਰ ਹੋ ਜਾਂਦੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਜੋ ਹੈ ਕਾਫ਼ੀ ਦੂਰ ਤੱਕ ਸੁਣੀ ਗਈ। ਕਈ ਸਵਾਰੀਆਂ ਜੋ ਸੀ ਉਹ ਸੁੱਤੀਆਂ ਪਈਆਂ ਸੀ, ਉਹ ਵੀ ਡੱਬੇ ਦੇ ਵਿੱਚ ਸੀਟਾਂ ਤੋਂ ਹੇਠਾਂ ਡਿੱਗੀਆਂ ਨੇ। ਤਾਂ ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ। ਦੱਸ ਦਈਏ ਕਿ ਫਿਲਹਾਲ ਮੌਕੇ ਦੇ ਉੱਤੇ ਰਾਹਤ ਕਾਰਜ ਜੋ ਹੈ ਲਗਾਤਾਰ ਜਾਰੀ ਕੀਤਾ ਹੋਇਆ, ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਤੇ ਇਸ ਦੌਰਾਨ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟ੍ਰੇਨ ਦੇ ਡੱਬੇ ਨੇ ਉਹ ਪਟਰੀ ਤੋਂ ਹੇਠਾਂ ਉਤਰੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਸੁਪਰ ਫਾਸਟ ਟ੍ਰੇਨ ਪਟਰੀ ਤੋਂ ਹੇਠਾਂ ਉਤਰੀ ਤਾਂ ਕਈ ਖੰਭਿਆਂ ਨੂੰ ਵੀ ਤੋੜਦੀ ਹੋਈ ਕਈ ਕਿਲੋਮੀਟਰ ਤੱਕ ਅੱਗੇ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸਦੇ ਕਈ ਡੱਬੇ ਪਟਰੀ ਤੋਂ ਹੇਠਾਂ ਉਤਰੇ ਨੇ। ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਵਾਪਰਿਆ। ਤਾਂ ਰਾਜਸਥਾਨ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਿ ਸਾਬਰਮਤੀ ਆਗਰਾ ਸੁਪਰਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਸੁਪਰਫਾਸਟ ਟ੍ਰੇਨ ਹੈ ਉਸਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਨੇ। ਫਿਲਹਾਲ ਮੌਕੇ ਦੇ ਉੱਤੇ ਜੋ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਮੌਕੇ 'ਤੇ ਪਹੁੰਚੇ ਨੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ।